ਤਾਂ ਵੱਡੀ ਖਬਰ ਹੈ, ਸ਼ਰਧਾਲੂਆਂ ਦੇ ਨਾਲ ਭਰੀ ਹੋਈ ਟਰਾਲੀ ਤੇ ਟਰੱਕ ਪਲਟ ਗਿਆ ਏ, ਟਰਾਲਾ ਪਲਟ ਗਿਆ ਏ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਲੋਕ ਇਸ ਟਰਾਲੀ ਦੇ ਵਿੱਚ ਭਰ ਕੇ। ਦਰੀਆਂ ਦੇਖ ਸਕਦੇ ਹੋ ਟਰਾਲੀ ਦੇ ਵਿੱਚ ਵਿਛੀਆਂ ਹੋਈਆਂ ਨੇ, ਕੰਬਲ ਪਏ ਨੇ ਟਰਾਲੀ ਦੇ ਅੰਦਰ। ਤਾਂ ਲੋਕ ਇੱਕ ਪਿੰਡ ਦੇ ਜੋ ਕਿ ਇਕੱਠੇ ਹੋ ਕੇ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸੀ, ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ। ਤਾਂ ਇਸ ਦੇ ਚੱਲਦਿਆਂ ਜਿਹੜੇ ਲੋਕ ਨੇ ਉਹ ਫਤਿਹਗੜ੍ਹ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸੀ, ਤਾਂ ਰਾਹ ਦੇ ਵਿੱਚ ਭਿਆਨਕ ਹਾਦਸਾ ਵਾਪਰ ਗਿਆ। ਇੱਕ ਤੇਜ਼ ਰਫ਼ਤਾਰ ਟਰਾਲਾ ਆ ਕੇ ਸਿੱਧਾ ਟਰੈਕਟਰ ਦੇ ਵਿੱਚ ਵੱਜਦਾ ਹੈ ਅਤੇ ਟਰਾਲੀ ਦੇ ਉੱਤੇ ਮੁੱਦਾ ਹੋ ਜਾਂਦਾ ਹੈ। ਤਾਂ ਵੱਡਾ ਹਾਦਸਾ ਹੈ, ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਪੰਜਾਬ ਦੇ ਹਰ ਪਿੰਡ ਕਸਬੇ ਦੇ ਵਿੱਚ ਭਿਆਨਕ ਧੁੰਦ ਪੈ ਰਹੀ ਹੈ। ਤਾਂ ਲੋਕ ਤੜਕਸਾਰ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਨੇ, ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ। ਤਾਂ ਸਾਰੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਗੱਡੀਆਂ ਨੂੰ ਹੌਲੀ ਕਰਕੇ ਚਲਾਓ, ਜੇਕਰ ਧੁੰਦ ਪੈਂਦੀ ਹੈ ਤਾਂ ਸੜਕ ਦੇ ਕਿਨਾਰੇ ਖੜਾ ਲਓ ਗੱਡੀ, ਕਿਉਂਕਿ ਧੁੰਦ ਦੇ ਵਿੱਚ ਗੱਡੀ ਚਲਾਉਣਾ ਹਾਦਸਿਆਂ ਨੂੰ ਬੁਲਾਵਾ ਦੇਣਾ ਹੈ। ਜੀ ਹਾਂ, ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਪਟਿਆਲਾ ਦੇ ਸਰਹੰਦ ਰੋਡ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਤੋਂ ਇੱਕ ਟਰਾਲੀ ਜਾ ਰਹੀ ਸੀ ਮੱਥਾ ਟੇਕਣ ਸ਼ਹੀਦੀ ਮੋੜ ਫਤਿਹਗੜ੍ਹ ਸਾਹਿਬ ਵਿਖੇ, ਤਾਂ ਉੱਥੇ ਭਿਆਨਕ ਹਾਦਸਾ ਹੋ ਗਿਆ। ਦਰਅਸਲ ਦੱਸ ਦਈਏ ਕਿ ਗਨੀਮਤ ਇਹ ਰਹੀ ਹੈ ਕਿ ਇਸ ਟਰਾਲੀ ਦੇ ਵਿੱਚ ਬੈਠੇ ਜਿਹੜੇ ਸ਼ਰਧਾਲੂ ਸੀ ਉਹਨਾਂ ਨੇ ਛਾਲਾਂ ਮਾਰ ਕੇ ਆਪਣੀਆਂ ਜਾਨ ਤਾਂ ਬਚਾ ਲਈ, ਪਰ ਟਰਾਲੀ ਦਾ ਅਤੇ ਟਰੈਕਟਰ ਦਾ ਦੋਹਾਂ ਦਾ ਬੁਰਾ ਨੁਕਸਾਨ ਹੋਇਆ ਹੈ, ਕਿਉਂਕਿ ਪੂਰਾ ਟਰੱਕ ਹੀ ਉਸ ਦੇ ਉੱਤੇ ਉਲਟ ਗਿਆ। ਅਤੇ ਇਹ ਐਕਸੀਡੈਂਟ ਕਰਨ ਤੋਂ ਬਾਅਦ ਟਰੱਕ ਚਾਲਕ ਵੀ ਮੌਕੇ ਤੋਂ ਫਰਾਰ ਹੋ ਗਿਆ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਪਟਿਆਲਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਭਿਆਨਕ ਹਾਦਸਾ ਵਾਪਰਿਆ। ਤੜਕਸਾਰ ਇਹ ਹਾਦਸਾ ਵਾਪਰਿਆ ਸੀ, ਧੁੰਦ ਪੈ ਰਹੀ ਹੈ, ਧੁੰਦ ਦੇ ਕਾਰਨ ਇਹ ਹਾਦਸਾ ਹੋਇਆ। ਤਾਂ ਦੱਸ ਦਈਏ ਕਿ ਸਰਹੰਦ ਪਟਿਆਲਾ ਰੋਡ, ਇਹ ਰੋਡ ਦੇ ਉੱਤੇ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਸ਼ਰਧਾਲੂ, ਤਾਂ ਰਾਹ ਦੇ ਵਿੱਚ ਇਹ ਹਾਦਸਾ ਵਾਪਰਿਆ। ਆਓ ਪੁਲਿਸ ਦਾ ਅਤੇ ਮੌਕੇ 'ਤੇ ਚਸ਼ਮਦੀਦਾਂ ਦਾ ਕੀ ਕਹਿਣਾ ਹੈ ਜਾਣਦੇ ਹਾਂ। ਨਹੀਂ, ਬਚਾ ਹੋ ਗਿਆ ਜੀ, ਅਸੀਂ ਨੀਚੇ ਖੜਾ ਹੀ ਖੜੇ ਸੀ ਟਰੈਕਟਰ, ਅਤੇ ਜਦੋਂ ਸਾਨੂੰ ਦੇਖਿਆ ਵੀ ਕੰਟਰੋਲ ਆਊਟ ਆਫ ਕੰਟਰੋਲ ਹੋ ਗਿਆ, ਉਹ ਖਿੱਚਦੇ ਆ ਰਹੇ ਸੀ ਸਾਨੂੰ, ਇਹ ਜੰਪ ਕਰ ਗਏ ਬੱਚੇ। ਹਾਂ, ਇਹ ਜਾਨੀ ਨੁਕਸਾਨ ਬਚਾ ਹੋ ਗਈ। ਹਾਂਜੀ, ਪੁਲਿਸ ਆਈ, ਅਸੀਂ ਦੋ ਵਾਰ 100 ਨੰਬਰ 'ਤੇ ਕਾਲ ਵੀ ਕੀਤੀ ਹੈ। ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ? ਕਾਰਵਾਈ ਇਹਦਾ ਆਪਣਾ ਡਰਾਈਵਰ ਦਾ ਡੋਪ ਟੈਸਟ ਕਰਵਾਇਆ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ ਜੀ, ਆਹ ਜਿਹੜਾ ਨੁਕਸਾਨ ਹੋਇਆ। ਠੀਕ ਹੈ ਜੀ। ਓਂਕਾਰ ਸਿੰਘ ਜੀ, ਬਾਬਾ ਜੀ ਕਿੱਥੇ ਦੇ ਰਹਿਣ ਵਾਲੇ ਹੋ? ਅਸੀਂ ਪਿੰਡ ਖੰਡੇਵਾ, ਤਹਿਸੀਲ ਲਹਿਰਾ, ਜ਼ਿਲ੍ਹਾ ਸੰਗਰੂਰ ਜੀ। ਹਾਦਸਾ ਹੋਣ ਦਾ ਕਾਰਨ ਕੀ ਸਮਝਦੇ ਹੋ? ਹਾਦਸਾ ਹੋਣ ਦਾ ਕਾਰਨ ਜੀ, ਡਰਾਈਵਰ ਨੇ ਡਰਿੰਕ ਕੀਤੀ ਹੋਈ ਹੈ ਜੀ, ਉਹਦੇ ਕੋਲ ਜੀ ਵੀ ਸ਼ਰਾਬ ਪਈ ਹੈ ਜੀ। ਪੌਣੀ ਕਿੰਨੇ ਵਜੇ ਕਾਰਨ ਕਿੰਨੇ ਵਜੇ ਹੋਇਆ? ਇਹ ਅਪਰੋਕਸੀਮੇਟਲੀ 9:45 ਦੇ ਵਿਚਕਾਰ ਜੀ। ਕਿੰਨੇ ਸੰਗਤ ਸੀ? ਸੰਗਤ 'ਚ 3 ਟਰੈਕਟਰ 'ਤੇ ਸੀ ਜੀ, ਬਾਕੀ 6-7 ਬੱਚੇ ਚਾਹੀਦੇ ਆਪਣਾ। ਨਾਮ ਹੈ? ਮੇਰਾ ਨਾਮ ਹੈ ਸ਼੍ਰੀ ਰਣਜੀਤ ਸਿੰਘ। ਧੁੰਦ ਦੀ ਵਜ੍ਹਾ ਵੀ ਹੋ ਸਕਦੀ ਜ਼ਿਆਦਾ, ਕਿਉਂਕਿ 2 ਦਿਨ ਧੁੰਦ ਪੈ ਰਹੀ ਲਗਾਤਾਰ। ਠੀਕ ਹੈ ਜੀ। ਇਹ 9:45 ਵਜੇ ਦੇ ਕਰੀਬ ਹੋਏ। ਕਿੰਨੇ ਲੋਕ ਸੀ ਟਰਾਲੀ ਵਿੱਚ? ਟਰਾਲੀ ਵਿੱਚ ਹੋਣਗੇ ਕੋਈ 10-15 ਤੋਂ 20 ਮੁੰਡੇ ਸੀ। ਸੰਗਤ ਸੀ ਫਤਿਹਗੜ੍ਹ ਸਾਹਿਬ ਜਾਣ ਵਾਲੀ। ਇਹ ਕੋਈ ਇੱਧਰ ਸੰਗਰੂਰ ਸਾਈਡ ਦੇ ਮੁੰਡੇ, ਅਤੇ ਬਾਕੀ ਟਰਾਲਾ ਇਹ ਰੋਪੜ ਸਾਈਡ ਦਾ। ਨਹੀਂ, ਦੇਖਦੇ ਹਾਂ, ਪੁੱਛਗਿੱਛ ਕਰਦੇ ਹਾਂ, ਰਾਤ ਮਿਲੇ ਨਹੀਂ ਹੈਗਾ, ਭੂਮੋਕ ਤੋਂ ਭੱਜ ਗਿਆ ਸੀਗਾ, ਅਤੇ ਹੁਣ ਆਇਆ ਇਹਨੂੰ ਪੁੱਛਗਿੱਛ ਕਰਕੇ ਦੇਖਦੇ ਹਾਂ ਵੀ ਕੀ। ਸਾਨੂੰ ਰਾਤ ਅਸੀਂ ਮੌਕੇ 'ਤੇ ਆ ਗਏ ਸੀ 1/2 ਘੰਟੇ ਬਾਅਦ, ਦੇਖਦੇ ਹਾਂ ਕਾਰਵਾਈ 'ਚ ਕੋਈ ਨਾ ਕੋਈ ਹੁੰਦਾ ਹੈ। ਠੀਕ ਹੈ, ਨਹੀਂ ਤਾਂ ਫਿਰ ਜੋ ਬਣਦੀ ਕਾਰਵਾਈ ਆਮ ਤੌਰ 'ਤੇ। ਹਾਂ, ਮੇਨ ਸੀ, ਕਿਉਂਕਿ ਇਹਨੂੰ ਖੜਾ ਕਰਨ ਲੱਗੇ ਹੁਣ।